ਜਲੰਧਰ ਸ਼ਹਿਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਸਰਦਾਰ ਕਮਲਜੀਤ ਸਿੰਘ ਭਾਟੀਆ ਅਤੇ ਜਸਪਾਲ ਕੌਰ ਭਾਟੀਆ ਕੌਂਸਲਰ ਦੇ ਇਕਲੌਤੇ ਪੁੱਤਰ ਕਾਕਾ ਚੰਨਪ੍ਰੀਤ ਦੀ 11ਵੀਂ ਬਰਸੀ ਦੇ ਮੌਕੇ ਤੇ ਗੁਰਦੁਆਰਾ ਸਿੰਘ ਸਭਾ ਬਸਤੀ ਗੁਜਾ ਵਿਖੇ ਚੱਲ ਰਹੇ ਚੰਨਪ੍ਰੀਤ ਮੈਮੋਰੀਅਲ ਹਸਪਤਾਲ ਵਿਖੇ ਅੱਜ ਮੈਗਾ ਮਲਟੀਪਲ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਚ ਸੈਂਕੜੇ ਮਰੀਜ਼ਾਂ ਨੇ ਮੈਡੀਕਲ ਕੈਂਪ ਦਾ ਲਾਹਾ ਲਿਆ। ਹੋਰਨਾਂ ਤੋਂ ਇਲਾਵਾ ਅੱਖਾਂ ਦੇ ਡਾਕਟਰ ਵਿਨੇ ਆਨੰਦ, ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਤਰੁਣਦੀਪ ਸਿੰਘ, ਦੰਦਾਂ ਦੇ ਡਾਕਟਰ ਸ਼ਿਫਾਲੀ, ਹੱਡੀਆਂ ਦੇ ਡਾਕਟਰ ਵੈਭਵ ਗਾਂਧੀ, ਕੰਨ ਨੱਕ ਗਲੇ ਦੇ ਸਪੈਸ਼ਲਿਸਟ ਡਾਕਟਰ ਪਵਨ ਅਰੋੜਾ, ਹੱਡੀਆਂ ਦੇ ਡਾਕਟਰ ਪ੍ਰਨੀਤਾ, ਪੇਟ ਦੇ ਰੋਗਾਂ ਦੇ ਡਾਕਟਰ ਸਰਦਾਰ ਸਵਰਨਜੀਤ ਸਿੰਘ, ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਰਵਿੰਦਰ ਕੌਰ ਨੇ ਆਪਣੀਆਂ ਸੇਵਾਵਾਂ ਭੇਟ ਕੀਤੀਆਂ। ਇਸ ਮੈਡੀਕਲ ਕੈਂਪ ਵਿੱਚ 440 ਮਰੀਜ਼ਾਂ ਨੇ ਲਾਹਾ ਲਿਆ। ਇਸ ਕੈਂਪ ਦੀ ਸ਼ੁਰੂਆਤ ਤੋਂ ਪਹਿਲਾਂ ਧਾਰਮਿਕ ਸਮਾਗਮ ਕਰਵਾਏ ਗਏ ਅਤੇ ਗੁਰੂ ਘਰ ਲੰਗਰ ਵੀ ਅਟੁੱਟ ਵਰਤਿਆ। ਇਸ ਕੈਂਪ ਵਿੱਚ ਵਿਸ਼ੇਸ਼ ਤੌਰ 'ਤੇ ਪਵਨ ਕੁਮਾਰ ਟੀ ਨੂੰ ਸਾਬਕਾ ਵਿਧਾਇਕ ਭਾਰਤੀ ਜਨਤਾ ਪਾਰਟੀ ਦੇ ਆਗੂ ਮਹਿੰਦਰ ਭਗਤ, ਸ਼ੀਤਲ ਅੰਗੁਰਾਲ ਦੇ ਭਰਾ ਸੰਨੀ ਅੰਗੁਰਾਲ, ਅਕਾਲੀ ਆਗੂ ਗੁਰਦੇਵ ਸਿੰਘ ਗੋਲਡੀ ਭਾਟੀਆ, ਸੁਭਾਸ਼ ਸੋਧੀ, ਪ੍ਰਦੀਪ ਗੁੱਲਰ ਅਤੇ ਇਸ ਤੋਂ ਇਲਾਵਾ ਸ਼ਹਿਰ ਦੀਆਂ ਹਜ਼ਾਰਾਂ ਸੰਗਤਾਂ ਨੇ ਕਾਕਾ ਚੰਨਪ੍ਰੀਤ ਨੂੰ ਸ਼ਰਧਾਂਜਲੀ ਭੇਟ ਕੀਤੀ। ਚੰਨਪ੍ਰੀਤ ਮੈਮੋਰੀਅਲ ਹਸਪਤਾਲ ਵੱਲੋਂ ਜੋ ਮੈਗਾ ਕੰਮ ਹਰ ਸਾਲ ਲੱਗਦਾ ਹੈ, ਅੱਜ ਉਹਦੇ ਵਿੱਚ ਆਗਾਜ਼ ਐਨ ਜੀ ਓ ਵੱਲੋਂ ਥੈਲਾਸੀਮਿਕ ਬੱਚਿਆਂ ਦੇ ਲਈ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ, ਜਿਸ ਵਿੱਚ ਕਿ ਆਗਾਜ਼ ਦੀ ਸਾਰੀ ਟੀਮ, ਪੀ ਐੱਮ ਆਰ ਏ ਦੀ ਟੀਮ ਸਾਰੇ ਅੱਜ ਇੱਥੇ ਪਹੁੰਚੇ ਹੋਏ ਨੇ ਅਤੇ ਸਾਰੇ ਵੀ ਇੱਥੇ ਬਲੱਡ ਵੀ ਦੇ ਰਹੇ ਨੇ। ਮੈਂ ਇੱਕ ਮੈਸੇਜ ਦੇਣਾ ਚਾਹਾਂਗਾ ਜ਼ਰੂਰ ਜੋ ਵੀ ਇਹ ਲਾਈਵ ਦੇਖ ਰਹੇ ਹੋਣਗੇ ਜਾਂ ਇਹ ਵੀਡੀਓ ਦੇਖਣਗੇ ਕਿ ਥੈਲਾਸੀਮੀਆ ਬੱਚੇ, ਥੈਲਾਸੀਮੀਆ ਬਿਮਾਰੀ ਉਹ ਹੈ ਜਿਹੜੀ ਕਿ ਜੰਮਦੇ ਬੱਚੇ ਦੇ ਰੈੱਡ ਸੈੱਲ ਨਹੀਂ ਬਣਦੇ ਅਤੇ ਉਹਨਾਂ ਨੂੰ ਹਰ 10 ਤੋਂ 15 ਦਿਨ ਬਾਅਦ ਬਲੱਡ ਦੇਣਾ ਪੈਂਦਾ। ਅਸੀਂ ਸਿਵਲ ਹਸਪਤਾਲ ਦੇ ਵਿੱਚ ਇੱਕ ਵਾਰਡ ਬਣਾਇਆ ਹੋਇਆ, ਉਹ ਅਸੀਂ ਨਹੀਂ ਤੁਹਾਡੇ ਨਾਲ ਮਿਲ ਕੇ ਇੱਕ ਵਾਰਡ ਬਣਿਆ ਹੋਇਆ ਜਿੱਥੇ 70 ਤੋਂ 80 ਬੱਚੇ ਜਿਹੜੇ ਆ ਉਹ ਰਜਿਸਟਰਡ ਨੇ, ਉਹਨਾਂ ਨੂੰ ਅਸੀਂ ਟੋਟਲ ਫ੍ਰੀ ਬਲੱਡ ਚੜ੍ਹਾਉਂਦੇ ਹਾਂ। ਅਤੇ ਮੈਂ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਇਹਨਾਂ ਬੱਚਿਆਂ ਦੇ ਲਈ ਬਲੱਡ ਡੋਨੇਟ ਕਰਿਆ ਕਰੋ। ਸਿਵਲ ਹਸਪਤਾਲ ਆ ਕੇ ਉੱਥੇ ਸਵੇਰੇ 9 ਤੋਂ ਲੈ ਕੇ 12-1 ਵਜੇ ਤੱਕ ਤੁਸੀਂ ਬਲੱਡ ਡੋਨੇਟ ਕਰ ਦਿਆ ਕਰੋ ਤਾਂ ਜੋ ਇਹਨਾਂ ਬੱਚਿਆਂ ਨੂੰ ਜੋ ਬਲੱਡ ਦੀ ਕਮੀ ਆਉਂਦੀ ਉਹ ਨਾ ਆਵੇ ਅਤੇ ਇੱਕ ਵਧੀਆ ਜ਼ਿੰਦਗੀ ਜੀ ਸਕਣ। ਅਤੇ ਇਹ ਸਭ ਤੋਂ ਵੱਡਾ ਇਹ ਦਾਨ ਹੈ ਕਿ ਛੋਟੇ ਛੋਟੇ ਬੱਚਿਆਂ ਨੂੰ ਤੁਹਾਡੇ ਇੱਕ ਯੂਨਿਟ ਬਲੱਡ ਦੇ ਨਾਲ ਵਧੀਆ ਜ਼ਿੰਦਗੀ ਮਿਲ ਰਹੀ ਹੈ। ਇਸ ਕਰਕੇ ਸਾਰੇ ਵੀਰ ਭੈਣ ਥੈਲਾਸੀਮਿਕ ਬੱਚਿਆਂ ਲਈ ਬਲੱਡ ਡੋਨੇਟ ਕਰਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੰਨਪ੍ਰੀਤ ਮੈਮੋਰੀਅਲ ਚੈਰੀਟੇਬਲ ਹੋਸਪਿਟਲ ਬਸਤੀ ਗੁਜਾ, ਜਿਹੜਾ ਕਿ ਗੁਰਦੁਆਰਾ ਸਿੰਘ ਸਭਾ ਬਸਤੀ ਗੁਜਾ ਦੇ ਵਿੱਚ ਉਪਸਥਿਤ ਹੈ, ਇਸ ਹੋਸਪਿਟਲ ਦੇ ਵਿੱਚ ਹਰ ਸਾਲ 3 ਮੈਗਾ ਮੈਡੀਕਲ ਕੈਂਪ ਲਗਾਏ ਜਾਂਦੇ ਹੈ। ਫਰਵਰੀ ਮਹੀਨਾ, ਜੁਲਾਈ ਮਹੀਨਾ ਅਤੇ ਸਪਤੰਬਰ ਮਹੀਨੇ ਦੇ ਵਿੱਚ ਇਹ ਲੱਗਣ ਵਾਲਾ ਤੀਸਰਾ ਕੈਂਪ ਹੈ। ਇਸ ਕੈਂਪ ਦੇ ਵਿੱਚ ਕਾਕਾ ਚੰਨਪ੍ਰੀਤ ਚੰਨੀ ਦੀ ਯਾਦ ਦੇ ਵਿੱਚ ਮੈਗਾ ਮਲਟੀਪਲ ਵੱਖ ਵੱਖ ਰੋਗਾਂ ਦੇ ਮਾਹਿਰ ਡਾਕਟਰ ਵੱਖ ਵੱਖ ਬਿਮਾਰੀਆਂ ਦਾ ਜਿੱਥੇ ਦੇਖਭਾਲ ਕਰਨਗੇ ਔਰ ਉਹਨਾਂ ਮਰੀਜ਼ਾਂ ਦੀ ਜਾਂਚ ਕਰਨਗੇ ਜਿਨ੍ਹਾਂ ਨੂੰ ਜ਼ਰੂਰਤ ਹੋਏਗੀ। ਇਹਦੇ ਵਿੱਚ ਅੱਖਾਂ ਦੇ ਡਾਕਟਰ, ਦੰਦਾਂ ਦੇ ਡਾਕਟਰ, ਫਿਜੀਓਥੈਰੇਪੀ, ਹੱਡੀਆਂ ਦੇ ਡਾਕਟਰ, ਜਨਰਲ ਡਾਕਟਰ, ਗਾਇਨੀ ਦੇ ਡਾਕਟਰ ਅਤੇ ਹੋਰ ਜਿਹੜੇ ਡਾਕਟਰ ਹੈ ਹਾਰਟ ਸਪੈਸ਼ਲਿਸਟ ਉਹ ਪਾਰਟੀਸਪੇਟ ਕਰ ਰਹੇ ਨੇ। ਔਰ ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਵੀ ਕਰਦਾ ਹਾਂ ਕਿ ਇੱਥੇ ਦੀ ਚੰਨਪ੍ਰੀਤ ਮੈਮੋਰੀਅਲ ਚੈਰੀਟੇਬਲ ਹੋਸਪਿਟਲ ਦੀ ਜਿਹੜੀ ਕਮੇਟੀ ਹੈ ਜਿਹਦੀ ਪ੍ਰਧਾਨਗੀ ਸਰਦਾਰ ਅਮਰਜੀਤ ਸਿੰਘ ਭੀਜਾ ਜੀ, ਜਿਨ੍ਹਾਂ ਦੀ ਰਹਿਣਮਾਈ 'ਚ ਸਾਰੀ ਟੀਮ ਕੰਮ ਕਰਦੀ ਹੈ ਔਰ ਹਰ ਸਾਲ ਲੋੜਵੰਦ ਮਰੀਜ਼ਾਂ ਵਾਸਤੇ ਨਰਸ ਸੇਵਾ, ਨਰਾਇਣ ਸੇਵਾ ਦੇ ਮਕਸਦ ਨੂੰ ਲੈ ਕੇ ਇਹ ਸੇਵਾ ਨਿਭਾਈ ਜਾਂਦੀ ਹੈ। ਅੱਜ ਦੇ ਇਸ ਮੈਡੀਕਲ ਕੈਂਪ ਦੇ ਵਿੱਚ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਕੀਰਤਨ, ਉਪਰੰਤ ਅਰਦਾਸ ਕਰਵਾਈ ਗਈ ਕਾਕਾ ਚੰਨਪ੍ਰੀਤ ਚੰਨੀ ਦੀ ਯਾਦ ਦੇ ਵਿੱਚ, ਉਹਨੂੰ ਸ਼ਰਧਾਂਜਲੀ ਦਿੱਤੀ ਗਈ ਔਰ ਉਸ ਤੋਂ ਬਾਅਦ ਇਹ ਮੈਡੀਕਲ ਕੈਂਪ ਦੀ ਸ਼ੁਰੂਆਤ ਹੋਈ। ਗੁਰੂ ਘਰ ਲੰਗਰ ਵੀ ਟੁੱਟ ਵਰਤਿਆ। ਇਸ ਕੈਂਪ ਦੇ ਵਿੱਚ BMB ਟੈਸਟ, ਬਲੱਡ ਟੈਸਟ, ਬਲੱਡ ਸ਼ੂਗਰ ਟੈਸਟ ਔਰ ਜਿੰਨੇ ਵੀ ਜਿਹੜੇ ਜਾਂਚ ਦੇ ਆ ਉਹ ਸਾਰੇ ਫ੍ਰੀ ਟੈਸਟ ਕੀਤੇ ਗਏ ਔਰ ਇਹਨਾਂ ਤੋਂ ਇਲਾਵਾ ਦਵਾਈਆਂ ਫ੍ਰੀ ਮੁਹੱਈਆ ਕੀਤੀਆਂ ਗਈਆਂ। ਮੈਂ ਸਾਰੀਆਂ ਹੀ ਸੰਸਥਾਵਾਂ ਜਿਨ੍ਹਾਂ ਦਾ ਬਹੁਤ ਵੱਡਾ ਸਹਿਯੋਗ ਹੈ ਇਸ ਕੈਂਪ ਦੇ ਵਿੱਚ, ਮੈਂ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਕਰਦਾ ਔਰ ਖਾਸ ਤੌਰ 'ਤੇ ਆਕਾਸ਼ ਸੰਸਥਾ ਜਿਹੜਾ ਥੈਲੋਸੀਮੀਆ ਪੇਸ਼ੈਂਟ ਵਾਸਤੇ, ਥੈਲੋਸੀਮੀ ਬੱਚਿਆਂ ਵਾਸਤੇ ਸਿਵਲ ਹੋਸਪਿਟਲ ਦੇ ਵਿੱਚ ਜਿਹੜਾ ਵੱਖਰਾ ਵਾਰਡ ਬਣਾਇਆ ਗਿਆ ਉਹਦੇ ਵਾਸਤੇ ਬਲੱਡ ਡੋਨੇਟ ਕੀਤਾ ਜਾ ਰਿਹਾ ਔਰ ਅੱਜ ਇਸ ਮੈਗਾ ਮਲਟੀਪਲ ਕੈਂਪ ਦੇ ਵਿੱਚ
जिन्हें भी सहयोगी सज्जन आए मैं सारे का धन्यवाद करता हूँ। वाहेगुरू जी का खालसा वाहेगुरू जी।